ਸਫ਼ਰ ਤਾਂ ਕਾਫੀ ਲੰਬੀ ਆ ਮਤਲਬ 2012-13 ਤੋਂ ਪੇਜ ਸੀਗਾ ਕਿ ਸ਼ੌਂਕ ਹੁੰਦਾ ਸੀਗਾ ਯਾਰ ਵੀ ਕਿਸੇ ਨੂੰ ਕਹਿਣਾ ਬਾਈ ਮੇਰੀ ਫੋਟੋ ਪਾ ਦੇ ਤੇ ਪੇਜ ਦੇ ਉੱਤੇ ਮੇਰੇ ਟਰੈਕਟਰ ਦੀ ਫੋਟੋ ਪਾ ਦੇ ਉਹਨੂੰ ਦੇਖਦੇ ਦੇਖਦੇ ਮਦੀ ਬਾਈ ਤੂੰ ਕਿ ਤੈਨੂੰ ਕਿਵੇਂ ਲੱਗਦਾ ਕਿ ਟਾਈਮ ਹੈ ਨਾ ਵੀ ਵੀਡੀਓ ਪਾਈ ਤਾਂ ਸਟਾਰ ਬਣਿਆ ਬਸ ਤੱਕ ਨੂੰ ਬੱਲੇ ਬੱਲੇ ਇਹ ਬਾਈ ਜਾਂ ਤਾਂ ਗਾਲਾਂ ਕੱਢ ਕੇ ਅੱਗੇ ਆ ਸਕਦੇ ਚੱਲ ਬਣ ਸਕਦੇ ਆਪਾਂ ਜਾਂ ਕਿਸੇ ਦੀ ਬੁਰਾਈ ਕਰਕੇ ਜਿਵੇਂ ਬਾਈ ਨੇ ਕਿਹਾ ਅਸ਼ਲੀਲ ਹੈ ਨਾ ਪਰ ਜਿਹੜੇ ਇੱਕ ਚੰਗੀ ਤਰ੍ਹਾਂ ਆਪਾਂ ਮਤਲਬ ਆਉਣਾ ਹੈ ਨਾ ਲੋਕਾਂ ਦਾ ਪਿਆਰ ਲੈਣਾ ਤਾਂ ਸਮਾਂ ਲੱਗਦਾ ਕਾਫੀ ਲੱਗਦਾ ਬਹੁਤ ਟਾਈਮ ਲੱਗਦਾ ਚਖਾਈ ਵੀ ਬਹੁਤ ਆ ਬਹੁਤ ਸੌਖਾ ਨਹੀਂ ਹੈਗਾ ਯੂਟਿਊਬ ਫੇਸਬੁੱਕ ਤੇ ਚਲਾਉਣਾ ਕਰਨਾ ਇੱਕ ਹੋਰ ਗੱਲ ਆ ਬਾਈ ਘਰਦਿਆਂ ਨੇ ਢਿੱਲੋਂ ਤਾਂ ਨਹੀਂ ਰੱਖਿਆ ਹੋਣਾ ਕਰਨ ਦੇ ਮਨਦੀਪ ਤੇ ਅਮਰੀਕ ਹੋਣਾ ਇਹ ਢਿੱਲੋਂ ਬਠਿੰਡੇ ਦਾ ਮਨ ਖਾਤਰ ਕਿੰਨਾ ਕੁ ਸਮਾਂ ਲੱਗ ਗਿਆ ਸਮਾਂ ਤਾਂ ਬਾਈ ਸਫ਼ਰ ਤਾਂ ਕਾਫੀ ਲੰਬੀ ਆ ਮਤਲਬ 2012-13 ਤੋਂ ਪੇਜ ਸੀਗਾ ਕਿ ਸ਼ੌਂਕ ਹੁੰਦਾ ਸੀਗਾ ਯਾਰ ਵੀ ਕਿਸੇ ਨੂੰ ਕਹਿਣਾ ਬਾਈ ਮੇਰੀ ਫੋਟੋ ਪਾ ਦੇ ਤੇ ਪੇਜ ਦੇ ਉੱਤੇ ਮੇਰੇ ਟਰੈਕਟਰ ਦੀ ਫੋਟੋ ਪਾ ਦੇ ਉਹਨੂੰ ਦੇਖਦੇ ਦੇਖਦੇ ਫਿਰ ਉਹ ਆਪਣਾ ਪੇਜ ਬਣਾਇਆ ਉਹ ਮੁੰਡਾ ਜੀਰੇ ਸਾਈਡ ਦਾ ਸੀਗਾ ਉਹ ਜੱਟਾਂ ਦੇ ਟਰੈਕਟਰ ਜੱਟਾਂ ਦੇ ਜਹਾਜ਼ ਪੇਜ ਚਲਾਉਂਦਾ ਹੁੰਦਾ ਸੀ ਉਹਨੂੰ ਦੇਖੋ ਛੋਟੀ ਜਿਹੀ ਉਮਰ ਦੇ ਵਿੱਚ ਹੀ ਲੱਗ ਗਏ ਸੀਗੇ ਕੰਮਾਂ ਤੇ ਫਿਰ ਅਸੀਂ ਵੀ 2012 ਦੇ ਵਿੱਚ ਪੇਜ ਬਣਾਇਆ ਚੱਲਦੇ ਚੱਲਦੇ ਨਾ ਉਦੋਂ ਪਤਾ ਹੁੰਦਾ ਸੀਗਾ ਕਿ ਉਹ ਸ਼ੌਂਕ ਹੁੰਦਾ ਸੀਗਾ ਫਿਰ ਜਾ ਕੇ 2016 ਦੇ ਵਿੱਚ ਇੱਕ ਸਾਡੀ ਵੀਡੀਓ ਵਾਇਰਲ ਹੁੰਦੀ ਆ ਉਹ ਬਣਾਈ ਸੀ ਮੋਟਰ ਤੇ ਲਾਈਟ ਪਤਾ ਕਰਨ ਵਾਲਾ ਸਿਸਟਮ ਅੱਛਾ ਜੀ ਮਤਲਬ ਆਪਣੇ ਖੇਤ ਕੋਠੇ 'ਚ ਚੋਰੀ ਹੋ ਗਈ ਸੀਗੀ ਮਕਾਨ ਦੇ ਵਿੱਚ ਸਮਾਨ ਸਮੂਨ ਲੈ ਕੇ ਜਾ ਕੇ ਅੱਛਾ ਅਸੀਂ ਉੱਥੇ ਇੱਕ ਫਰਿੱਜ ਵਾਲਾ ਬਟਨ ਲਾਤਾ ਅੱਛਾ ਵੀ ਜਦੋਂ ਗੇਟ ਖੋਲਦੇ ਸੀ ਆਟੋਮੈਟਿਕ ਆਪਣੇ ਕੋਲ ਫੋਨ ਆ ਜਾਂਦਾ ਸੀਗਾ ਅੱਛਾ ਉਹ ਯੰਤਰ ਤਿਆਰ ਕੀਤਾ ਯੰਤਰ ਤਿਆਰ ਕੀਤਾ ਉਹ ਯੰਤਰ ਮੇਰਾ ਮਿੱਤਰ ਇੱਕ ਉਹਦੇ ਡੈਡੀ ਨੇ ਤਿਆਰ ਕੀਤਾ ਸੀਗਾ ਯਾਰ ਉਹਨਾਂ ਨੇ ਕੀਤਾ ਸੀ ਚਲੋ ਆਪਾਂ ਵੀ ਵਰਤਦੇ ਸੀਗੇ ਅੱਛਾ ਉਦੋਂ ਬਾਅਦ ਆਪਾਂ ਵੀਡੀਓ ਬਣਾ ਕੇ ਸੋਸ਼ਲ ਤੇ ਪਾ ਦਈਏ ਨੈਟਵਰਕ ਤੇ ਉਹ ਜਦ 2016 ਦੇ ਵਿੱਚ ਵਾਇਰਲ ਹੁੰਦੀ ਆ ਤਾਂ ਮੇਰਾ ਸਿਰਫ ਨਾਮ ਇੰਨਾ ਕਿ ਲਿਖਿਆ ਸੀ ਵੀ ਢਿੱਲੋਂ ਉਹ ਵੀ ਆਪ ਲਿਖਿਆ ਸੀ ਉਹ ਮੈਂ ਉੱਪਰ ਲਿਖਿਆ ਟਾਈਟਲ ਦੇ ਵਿੱਚ ਫਿਰ ਜਦੋਂ ਨਿਊਜ਼ ਚੈਨਲ ਸਾਰੇ ਪੇਜਾਂ ਦੇ ਉੱਤੇ ਜਾਂ ਨਿਊਜ਼ ਚੈਨਲਾਂ ਦੇ ਉੱਤੇ ਚੱਲਣ ਲੱਗ ਗਈ ਤਾਂ ਫਿਰ ਉਦੋਂ ਬਾਅਦ ਢਿੱਲੋਂ ਬਠਿੰਡੇ ਵਾਲਾ ਉਹਨਾਂ ਨੇ ਨਾਂ ਰੱਖਿਆ ਮੈਂ ਕੁਛ ਨਹੀਂ ਰੱਖਿਆ ਬਾਈ ਮਨਦੀਪ ਘਰਦਿਆਂ ਨੇ ਕਿਹਾ ਨਹੀਂ ਵੀ ਢਿੱਲੋਂ ਢੁੱਲੋਂ ਦਾ ਬਾਅਦ 'ਚ ਬਣਦਾ ਨਹੀਂ ਚੱਲ ਫੌਜ ਭਰਤੀ ਹੋ ਜਾ ਕਿਉਂਕਿ ਆਪਣੀ ਏਰੀਏ ਦੇ ਜ਼ਿਆਦਾ ਮੁੰਡੇ ਫੌਜੀ ਬਹੁਤ ਹਨ ਅਮਰੀਕ ਬਾਈ ਪੁਲਿਸ ਦੀ ਬਹੁਤ ਹੈ ਨਾ ਜੀ 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 ਘਰੇ ਫਿਰ ਕੀ ਕਹਿੰਦੇ ਸੀ ਨਾ ਕੁਛ ਨਹੀਂ ਬਾਈ ਜਦੋਂ ਅਸੀਂ ਆਉਂਦੇ ਸੀਗੇ ਸਾਨੂੰ ਵੀ ਲੱਗਿਆ ਵੀ ਚਲੋ ਵਧੀਆ ਨਾਂ ਲੱਗ ਜਾਣਾ ਬਾਹਰੋਂ ਬਾਈ ਬਹੁਤ ਘੈਂਟ ਚੀਜ਼ ਬਣਾਈ ਹੈ ਤੁਸੀਂ ਬਾਈ ਸਾਨੂੰ ਖੁਸ਼ੀ ਬਹੁਤ ਹੋਇਆ ਅਸੀਂ ਆਖਿਆ ਵੀ ਆਹ ਕੰਮ ਠੀਕ ਹੈ ਜਦੋਂ ਅਸੀਂ ਟ੍ਰਾਈਪੋਡ ਚੱਕ ਲਿਆ ਕਰੇ ਕੈਮਰਾ ਚੱਕ ਲਿਆ ਕਰਕੇ ਫਿਰ ਘਰ ਦੇ ਕਹਿ ਰਹੇ ਕਹਿੰਦੇ ਵੀ ਆਹ ਚੱਕ ਲਿਆ ਸਿੱਕਾਂ 'ਚ ਜੇ ਹੁਣ ਤਾਂ ਤੁਸੀਂ ਕਮਾਉਂਗੇ ਇਹ ਕੰਮਾਂ 'ਚ ਕੁਛ ਨਹੀਂ ਪਿਆ ਤੁਸੀਂ ਬਦਨਾਮੀ ਹੋ ਜਾਏ ਹੋਜੂ ਵਾਹਵਾ ਮਜ਼ਾਕ ਜਾ ਚਲੋ ਅਸੀਂ ਕਿਹਾ ਵੀ ਆਪਦੇ ਕੋਲੋਂ ਕਿਹੜਾ ਕੋਈ ਖਰਚਾ ਕਰਨਾ ਵੀਡੀਓ ਬਣਾਉਣੀ ਹੈ ਜਿਵੇਂ ਠੀਕ ਲੱਗਿਆ ਕਿਸੇ ਦਾ ਉਹਦੇ 'ਚ ਫਾਇਦਾ ਬਹੁਤ ਹੋਇਆ ਜੀ ਅੱਛਾ ਰਾਤ ਨੂੰ ਠੰਡ 'ਚ ਬੈਠੇ ਰਹਿੰਦੇ ਲਾਈਟ ਆਉਂਦੀ ਨਾ ਜੋ ਅਸੀਂ ਬਟਨ ਲਾ ਕੇ ਵੀਡੀਓ ਪਾਤੀ ਤਾਂ ਕਈ ਭਰਾਵਾਂ ਨੂੰ ਇੰਨਾ ਕੁ ਫਾਇਦਾ ਹੋ ਗਿਆ ਵੀ ਉਹ ਖੇਤ ਘਰੇ ਪਏ ਰਹਿੰਦੇ ਜਦੋਂ ਲਾਈਟ ਆਈ ਨਹੀਂ ਸੀ ਉਹਦੇ ਕੋਲ ਰਿੰਗ ਆਉਂਦੀ ਤੇ ਉਦੋਂ ਬਾਅਦ ਖੇਤ ਜਾਂਦੇ ਘਰ ਦੇ ਬਾਈ ਬਹੁਤ ਲੜਦੇ ਹੁੰਦੇ ਸੀ ਆਹ ਤੁਸੀਂ ਕਿੱਧਰੋਂ ਸਕੰਜੇ ਜੇ ਚੱਕ ਲਏ ਕੈਮਰੇ ਚੱਕ ਕੇ ਤੁਰ ਪੈਂਦੇ ਖੇਤ ਨੂੰ ਨਾ ਤੁਸੀਂ ਰੇਹ ਪਾਉਣੀ ਨਾ ਕੋਈ ਤੁਸੀਂ ਨੀਰਾ ਲੈ ਕੇ ਆਉਣਾ ਵੀ ਕੰਮਾਂ 'ਚ ਕੀ ਹੁੰਦਾ ਕੱਲ ਨੂੰ ਕੋਈ ਬੰਦ ਖੜਾ ਕਰ ਦੋਗੇ ਪੁੱਠੀ ਵੀਡੀਓ ਪਾ ਦੋਗੇ ਵੀ ਤੁਸੀਂ ਰਹਿਣ ਦਿਓ ਤੇ ਲੜਦੇ ਰਹੇ ਫਿਰ ਸਾਨੂੰ ਹੌਲੀ ਹੌਲੀ ਇੱਕ ਦੋ ਹੋਰ ਅਸੀਂ ਛੋਟੀ ਮੂਵੀ ਕਰੀ ਫਿਰ ਸਾਨੂੰ ਵਧੀਆ ਲੱਗਿਆ ਵੀ ਠੀਕ ਹੈ ਇੱਕ ਬਾਈ ਇਹ ਵੀ ਸੀ ਨਾ ਵੀ ਜਦੋਂ ਆਪਾਂ ਇੱਥੇ ਇੱਥੇ ਬੈਠੇ ਆ ਏਰੀਆ ਮਾਲਵੇ ਮੇਰਾ ਪਿੰਡ ਵੀ ਇਹੀ ਹੈ ਨਾ ਉਹੀ ਨਹਿਰਾਂ ਦਾ ਪਾਣੀ ਆਉਂਦਾ ਤੇ ਨਰਮਾ ਬੜਾ ਜ਼ਿਆਦਾ ਹੁੰਦਾ ਉਹ ਤਾਂ ਆਪਣੇ ਨਰਮ ਦਾ ਕਰੇ ਸੀ ਇਹ ਚੱਲ ਨਰਮਾ ਗੁੱਡੇ ਬਾਅਦ 'ਚ ਬਣਾ ਲਈ ਉਦੋਂ ਇਹ ਵੀ ਹੁੰਦਾ ਕਰੇ ਹਨਾ ਉਦੋਂ ਬਈ ਆਉਂਦੇ ਵੀ ਸੀ ਗੁੱਡਣ ਵੀ ਆਉਂਦਾ ਸੀ ਫਿਰ ਨਾਲ ਨਾਲ ਕੰਮ ਕਰੀ ਜਾਂਦੇ ਨਾਲ ਨਾਲ ਉਦੋਂ ਗਰਮੀ ਵੀ ਨਹੀਂ ਲੱਗਦੀ ਕੱਖ ਉੱਖ ਮਾਰ ਲਏ ਫਿਰ ਵੀਡੀਓ ਬਣਾ ਲਈ ਜੋੜ ਕਰਦੇ ਨੇ ਉਵੇਂ ਹਾਂ ਫਿਰ ਉਹਨਾਂ ਦੇ ਰਹੇ ਤੁਸੀਂ ਉਵੇਂ ਹੈ ਹਾਂ ਹਾਂ ਅੱਛਾ ਫਿਰ ਦੇਖੀ ਜਾਣਾ ਵੀ ਹਾਂ ਫਿਰ ਅਸੀਂ ਨਰਮੇ ਦੇ ਹੀ ਬਣਾਉਂਦੇ ਰਹੇ ਤੜਕੇ ਘਰੋਂ ਲੱਸੀ ਚਟਨੀ ਰੋਟੀ ਰੱਟੀ ਖਾਂਦੇ ਫਿਰ ਉਹ ਵੀ ਬਹੁਤ ਪਸੰਦ ਕਰਦੇ ਸੀ ਫੌਰਨ ਨਾਲ ਤੇ ਮਜ਼ਾਕ ਜਾ ਕਰਨ ਲੱਗ ਜਾਂਦੇ ਹਨਾ ਅਸੀਂ ਇਥੋਂ ਖੇਤਾਂ ਨਾਲੇ ਕੰਮ ਕਰਦੇ ਨਾਲੇ ਵੀਡੀਓ ਬਣਾਉਂਦੇ ਥੋੜਾ ਮੈਂ ਪਰਿਵਾਰਕ ਤੌਰ ਤੇ ਗੱਲ ਕਰਾਂ ਬਾਈ ਕੋਈ ਗਵਰਨਮੈਂਟ ਅਪਲਾਈ ਵੀ ਸੀ ਕਿ ਸਾਰਾ ਇਸ ਖੇਤੀ ਬਣੇ ਨਹੀਂ ਨਹੀਂ ਬਾਈ ਉਹ ਵੀ ਨਹੀਂ ਸੀ ਸਾਡਾ ਤਾਂ ਇਥੋਂ ਖੇਤੀ ਦੇ ਵਿੱਚੋਂ ਉੱਠਿਆ ਸਾਰੇ ਅੱਛਾ ਖੇਤੀ ਵਾਲੀ ਸੀਗੇ ਮੈਂ ਥੋੜਾ ਜਿਹਾ ਵੈਸੇ ਬਾਹਰ ਨਿਕਲੇ ਹੋਏ ਸੀਗੇ ਮੈਂ ਪਹਿਲਾਂ 2-3 ਸਾਲ ਦੁਕਾਨ ਕੀਤੀ ਕਣਕ ਵਾਲਾ ਰਿਫਾਇਨਰੀ ਗੇਟ ਤੇ ਅੱਛਾ 2010-11 ਦੇ ਵਿੱਚ ਫਿਰ ਉਸ ਤੋਂ ਬਾਅਦ ਚੱਲਦੇ ਚੱਲਦੇ ਨਹੀਂ ਤਾਂ ਕਿਤੇ ਇਹ ਵੀ ਕੰਮ ਕਰਨ ਲਈ ਹੈ ਗੱਲਾਂ ਉਹੀ ਹੋਣਗੀਆਂ ਉਵੇਂ ਉਵੇਂ ਵਾਲਾ ਕੰਮ ਹੀ ਹੋਇਆ ਪਿਆ ਅੱਛਾ ਤਾਂ ਹੀ ਤਾਂ ਅਸੀਂ ਕਹਿੰਦੇ ਸੀ ਆਹ ਵੀ ਕੀਤਾ ਆਹ ਵੀ ਕੀਤਾ ਤੇ ਪਰ ਜਾ ਕੇ ਕਿਤੇ ਨਾ ਕਿਤੇ ਬਾਈ ਸਕਸੈਸ ਹੁੰਦਾ ਬੰਦਾ ਘੱਟ ਘੁੱਟੇ ਬੜੇ ਖਾਧੇ ਆ ਪਰ ਆਹ ਇਹ ਨਹੀਂ ਹੈਗਾ ਵੀ ਮੈਂ ਸਾਰੇ ਕਹਿੰਦੇ ਆ ਵੀ ਸਾਰੇ ਕੰਮ ਕੀਤੇ 3-4 ਕੀਤੇ ਆ